ਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਹਾਂ ਸੁਮਨਪ੍ਰੀਤ ਕੌਰ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 27 ਸਪਟੰਬਰ ਦੇ ਇੰਪੋਰਟੈਂਟ ਕਰੰਟ ਅਫੇਅਰ ਦੇ ਕੁਐਸਚਨਸ ਹਰ ਇੱਕ ਕੁਐਸਚਨ ਦੇ ਨਾਲ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਕਰਨਾ ਜੇਕਰ ਤੁਸੀਂ ਕਿਸੇ ਵੀ ਗਵਰਨਮੈਂਟ ਪੇਪਰ ਦੀ ਤਿਆਰੀ ਕਰ ਰਹੇ ਹੋ ਤਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੋਵੇਗੀ ਕਰੰਟ ਅਫੇਅਰ ਵੈਸੇ ਵੀ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜੇਕਰ ਤੁਸੀਂ ਕਿਸੇ ਵੀ ਗਵਰਨਮੈਂਟ ਪੇਪਰ ਦੀ ਤਿਆਰੀ ਕਰਦੇ ਹੋ ਤਾਂ ਡੇਲੀ 10 ਜਾਂ 15 ਮਿੰਟ ਕਰੰਟ ਅਫੇਅਰ ਨੂੰ ਦਿਓ ਅਸੀਂ ਜੋ ਵੀ ਕੁਐਸਚਨ ਲੈਂਦੇ ਹਾਂ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੇ ਆ ਅਤੇ ਤੁਸੀਂ ਪੂਰੇ ਧਿਆਨ ਦੇ ਨਾਲ ਕਰਨੇ ਆ ਠੀਕ ਹੈ ਜੀ ਕੁਐਸਚਨ ਕਿਸੇ ਵੀ ਤਰ੍ਹਾਂ ਪੇਪਰ ਦੇ ਵਿੱਚ ਆ ਸਕਦਾ ਵਾ ਕੁਐਸਚਨ ਨੰਬਰ 1 ਹਾਲ ਹੀ ਵਿੱਚ ਅਕਵਾਲਪ੍ਰੀਤ ਸਿੰਘ ਸਹੋਤਾ ਨੂੰ ਕਿਸ ਰਾਜ ਦੇ DGP ਦਾ ਵਾਧੂ ਚਾਰਜ ਮਿਲਿਆ ਹੈ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਪੰਜਾਬ ਹਾਂਜੀ ਪੰਜਾਬ ਦੇ ਵਿੱਚ ਅਕਵਾਲਪ੍ਰੀਤ ਸਿੰਘ ਸਹੋਤਾ ਜਿਹੜੇ ਕਿ ਇੱਕ IPS ਅਧਿਕਾਰੀ ਆ ਉਹਨਾਂ ਨੂੰ ਪੰਜਾਬ ਰਾਜ ਦੇ DGP ਦਾ ਐਡੀਸ਼ਨਲ ਚਾਰਜ ਮਿਲਿਆ ਹੈ ਠੀਕ ਹੈ ਜੀ ਹੁਣ ਦੇਖੋ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੀ ਕੈਪੀਟਲ ਚੰਡੀਗੜ੍ਹ ਇੱਥੋਂ ਦੇ ਨਵੇਂ ਬਣੇ ਚੀਫ ਮਿਨਿਸਟਰ ਹੈਗੇ ਆ ਚਰਨਜੀਤ ਸਿੰਘ ਚੰਨੀ ਅਤੇ ਗਵਰਨਰ ਹੈਗੇ ਆ ਜੀ ਬਨਵਾਰੀ ਲਾਲ ਪੁਰੋਹਿਤ ਹਾਂਜੀ 14 ਮਈ 2021 ਨੂੰ ਈਦ ਵਾਲੇ ਦਿਨ ਪੰਜਾਬ ਦਾ 23ਵਾਂ ਜ਼ਿਲ੍ਹਾ ਬਣਾਇਆ ਗਿਆ ਸੀ ਮਲੇਰਕੋਟਲਾ ਅਤੇ ਪੰਜਾਬ ਵਿੱਚ ਬਸੇਰਾ ਯੋਜਨਾ ਚੱਲ ਰਹੀ ਆ ਇਹ ਝੁੱਗੀਆਂ ਝੋਪੜੀਆਂ ਵਾਲਿਆਂ ਲਈ ਆ ਠੀਕ ਹੈ ਜੀ ਈ ਦਾਖਲ ਪੋਰਟਲ ਇਹ ਸ਼ਿਕਾਇਤ ਦਰਜ ਕਰਨ ਦੇ ਲਈ ਸ਼ੁਰੂ ਹੋਇਆ ਪੰਜਾਬ ਦੇ ਵਿੱਚ ਈ ਦਾਖਲ ਪੋਰਟਲ ਪੰਜਾਬ ਦੇ ਵਿੱਚ ਸਪੋਰਟਸ ਯੂਨੀਵਰਸਿਟੀ ਬਣ ਰਹੀ ਆ ਪਟਿਆਲਾ ਦੇ ਵਿੱਚ ਸੁਖਜੀਤ ਮੇਗਾ ਫੂਡ ਪਾਰਕ ਪੰਜਾਬ ਦੇ ਕਪੂਰਥਲਾ ਦੇ ਵਿੱਚ ਬਣਿਆ ਹੈ ਠੀਕ ਹੈ ਇਹਨਾਂ ਤੁਸੀਂ ਯਾਦ ਰੱਖਣਾ ਪੰਜਾਬ ਦੇ ਬਾਰੇ ਨੈਕਸਟ ਕੁਐਸਚਨ ਕਰਦੇ ਹਾਂ ਅਸੀਂ ਹਾਲ ਹੀ ਵਿੱਚ ਕਿਸ ਰਾਜ ਦੇ ਰਾਜਪਾਲ ਨੇ ਕਪਿਲ ਪਠਾਰੇ ਨੂੰ ਕਾਰੋਬਾਰੀ ਉੱਤਮਤਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਮਹਾਰਾਸ਼ਟਰ ਹਾਂਜੀ ਮਹਾਰਾਸ਼ਟਰ ਦੇ ਗਵਰਨਰ ਭਗਤ ਸਿੰਘ ਕੋਸ਼ਿਆਰੀ ਨੇ ਕਪਿਲ ਪਠਾਰੇ ਨੂੰ ਕਾਰੋਬਾਰੀ ਉੱਤਮਤਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਵਾ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਹੁਣ ਦੇਖੋ ਅਸੀਂ ਗੱਲ ਕਰ ਰਹੇ ਹਾਂ ਮਹਾਰਾਸ਼ਟਰ ਦੀ ਤਾਂ ਮਹਾਰਾਸ਼ਟਰ ਦੇ ਵਿੱਚ ਦੇਖੋ ਮਹਾਰਾਸ਼ਟਰ ਦੀ ਕੈਪੀਟਲ ਕੀ ਆ ਮੁੰਬਈ ਚੀਫ ਮਿਨਿਸਟਰ ਹੈਗੇ ਆ ਉਧਵ ਠਾਕੁਰੇ ਗਵਰਨਰ ਹੈਗੇ ਆ ਭਗਤ ਸਿੰਘ ਕੋਸ਼ਿਆਰੀ ਹਾਂਜੀ ਗਵਰਨਰ ਕੌਣ ਆ ਭਗਤ ਸਿੰਘ ਕੋਸ਼ਿਆਰੀ ਇਹਨਾਂ ਨੇ ਹੀ ਕਪਿਲ ਪਠਾਰੇ ਨੂੰ ਬਿਜ਼ਨਸ ਐਕਸੀਲੈਂਸ ਅਵਾਰਡ ਦਿੱਤਾ ਵਾ ਠੀਕ ਹੈ ਉਹਦੇ ਨਾਲ ਸਨਮਾਨਿਤ ਕੀਤਾ ਵਾ ਇਹ ਤੁਸੀਂ ਯਾਦ ਰੱਖਣਾ ਹਾਂਜੀ ਦੇਖੋ ਅਵਾਰਡ ਬਾਰੇ ਅਵਾਰਡ ਦੇ ਨਾਲ ਰਿਲੇਟਿਡ ਅਤੇ ਬੈਂਕ ਦੇ ਨਾਲ ਰਿਲੇਟਿਡ ਇਹ ਦੋ ਕੁਐਸਚਨ ਤਾਂ ਪੱਕਾ ਕਰੰਟ ਅਫੇਅਰ ਦੇ ਵਿੱਚ ਪੁੱਛੇ ਹੀ ਜਾਂਦੇ ਆ ਸੈਂਟਰ ਲੈਵਲ ਦੇ ਪੇਪਰ ਦੇ ਵਿੱਚ SSC ਵਾਲੇ ਜਿਹੜੇ ਤਿਆਰੀ ਕਰ ਰਹੇ ਨੇ ਉਹ ਅਵਾਰਡ ਅਤੇ ਬੈਂਕ ਵਾਲਿਆਂ ਲਈ ਚਾਹੇ ਅਲੱਗ ਪੇਜ ਲਗਾ ਲਓ ਉਹਦੇ 'ਤੇ ਨੋਟ ਕਰਦੇ ਜਾਣਾ ਠੀਕ ਹੈ ਇਹ ਦੋ ਕੁਐਸਚਨ ਤਾਂ ਹੋਣਗੇ ਹੀ ਹੋਣਗੇ ਨਾਲ ਦੀ ਨਾਲ ਤੁਹਾਨੂੰ ਹੋਰ ਕੁਐਸਚਨ ਵੀ ਹੋਣਗੇ ਕਰੰਟ ਅਫੇਅਰ ਦੇ ਵਿੱਚੋਂ 5 ਜਾਂ 6 ਨੰਬਰ ਦੀ ਆਊਗੀ ਕਰੰਟ ਅਫੇਅਰ ਹੁਣ ਦੇਖੋ ਅਸੀਂ ਗੱਲ ਕਰ ਰਹੇ ਸੀ ਮਹਾਰਾਸ਼ਟਰ ਦੀ ਮਹਾਰਾਸ਼ਟਰ ਦੇ ਗਵਰਨਰ ਭਗਤ ਸਿੰਘ ਕੋਸ਼ਿਆਰੀ ਨੇ ਕਪਿਲ ਪਠਾਰੇ ਨੂੰ ਬਿਜ਼ਨਸ ਐਕਸੀਲੈਂਸ ਅਵਾਰਡ ਦਿੱਤਾ ਵਾ ਠੀਕ ਹੈ ਉਹਦੇ ਨਾਲ ਸਨਮਾਨਿਤ ਕੀਤਾ ਵਾ ਹੁਣ ਦੇਖੋ ਮਹਾਰਾਸ਼ਟਰ ਦੀਆਂ ਅਸੀਂ ਯੋਜਨਾਵਾਂ ਰਿਵਾਈਜ਼ ਕਰ ਲੈਂਦੇ ਹਾਂ ਜੋ ਰੀਸੈਂਟਲੀ ਇਹਦੇ ਵਿੱਚ ਹੋਈਆਂ ਕਰੰਟ ਅਫੇਅਰ ਦੀਆਂ ਅਸੀਂ ਪੜ੍ਹੀਆਂ ਵਾ ਮਹਾਰਾਸ਼ਟਰ ਦੇ ਪੁਣੇ ਵਿੱਚ ਇੱਕ ਪੁਣੇ ਸਟੇਡੀਅਮ ਦਾ ਨਾਮ ਬਦਲ ਕੇ ਨੀਰਜ ਚੋਪੜਾ ਦੇ ਨਾਮ 'ਤੇ ਰੱਖਿਆ ਗਿਆ ਵਾ ਮੇਰਾ ਪਰਿਵਾਰ ਮੇਰੀ ਜ਼ਿੰਮੇਵਾਰੀ ਅਭਿਆਨ ਮਹਾਰਾਸ਼ਟਰ ਦੇ ਵਿੱਚ ਸ਼ੁਰੂ ਹੋਇਆ ਸੰਜੇ ਗਾਂਧੀ ਨੈਸ਼ਨਲ ਪਾਰਕ ਆ ਮਹਾਰਾਸ਼ਟਰ ਦੇ ਵਿੱਚ ਗੁਗੂਮਲ ਨੈਸ਼ਨਲ ਪਾਰਕ ਆ ਮਹਾਰਾਸ਼ਟਰ ਦੇ ਵਿੱਚ ਨਵੇਗਾਂਵ ਨੈਸ਼ਨਲ ਪਾਰਕ ਆ ਮਹਾਰਾਸ਼ਟਰ ਦੇ ਵਿੱਚ ਮਹਾਰਾਸ਼ਟਰ ਦੀ ਹਿਸਟਰੀ ਦੇ ਬੇਸਡ ਇੱਕ ਬੁੱਕ ਲਿਖੀ ਗਈ ਆ ਸ਼ਿਵਾਜੀ ਇਨ ਸਾਊਥ ਬਲੌਕ ਦਾ ਅਨਰਿਟੇਅਰ ਹਿਸਟਰੀ ਆਫ ਈ ਪ੍ਰਾਊਡ ਪੀਪਲਸ ਗਰੀਸ਼ ਕੁਮਾਰ ਨੇ ਲਿਖੀ ਹੈ ਜੀ ਠੀਕ ਹੈ ਮਹਾਰਾਸ਼ਟਰ ਵਿੱਚ ਮਹਾਪਰਵਤ ਤਿਉਹਾਰ ਮਨਾਇਆ ਜਾਂਦਾ ਵਾ ਪ੍ਰੋਜੈਕਟ ਪਲੇਟੀਨਾ ਮਹਾਰਾਸ਼ਟਰ ਦੇ ਵਿੱਚ ਸ਼ੁਰੂ ਹੋਇਆ ਇੰਨਾ ਤੁਸੀਂ ਯਾਦ ਰੱਖਣਾ ਮਹਾਰਾਸ਼ਟਰ ਦੇ ਬਾਰੇ ਨੈਕਸਟ ਕੁਐਸਚਨ ਆ ਜੀ ਹਾਲ ਹੀ ਵਿੱਚ ਰਾਜ ਦੀ ਮਿੱਟੀ ਪੁਰਖ ਪ੍ਰਯੋਗਸ਼ਾਲਾ ਕਿੱਥੇ ਸ਼ੁਰੂ ਕੀਤੀ ਗਈ ਹੈ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਨਾਗਾਲੈਂਡ ਦੀ ਕੈਪੀਟਲ ਕੋਹਿਮਾ ਹਾਂਜੀ ਨਾਗਾਲੈਂਡ ਦੀ ਕੈਪੀਟਲ ਕੋਹਿਮਾ ਦੇ ਵਿੱਚ ਰਾਜ ਦੀ ਮਿੱਟੀ ਪਰਖ ਪ੍ਰਯੋਗਸ਼ਾਲਾ ਜਿਹੜੀ ਸਟਾਰਟ ਕੀਤੀ ਗਈ ਆ ਹਾਂਜੀ ਹੁਣ ਦੇਖੋ ਅਸੀਂ ਗੱਲ ਕਰ ਰਹੇ ਹਾਂ ਨਾਗਾਲੈਂਡ ਦੇ ਨਾਲ ਰਿਲੇਟਿਡ ਨਾਗਾਲੈਂਡ ਦੀ ਕੈਪੀਟਲ ਹੈਗੀ ਆ ਕੋਹਿਮਾ ਚੀਫ ਮਿਨਿਸਟਰ ਹੈਗੇ ਆ ਨੈਫਰੀਓ ਅਤੇ ਗਵਰਨਰ ਹੈਗੇ ਆ ਇੱਥੋਂ ਦੇ ਗਵਰਨਰ ਆ ਜੀ ਅਸਾਮ ਦੇ ਜਿਹੜੇ ਗਵਰਨਰ ਸੀ ਜਗਦੀਸ਼ ਮੁਖੀ ਉਹਨਾਂ ਨੂੰ ਨਾਗਾਲੈਂਡ ਦਾ ਐਡੀਸ਼ਨਲ ਚਾਰਜ ਦਿੱਤਾ ਗਿਆ ਹੈ ਠੀਕ ਹੈ ਨੈਕਸਟ ਕੁਐਸਚਨ
खंडित हिमालय नाँ की किताब किसने लिखी है? ऑप्शन नंबर ए इज़ द राइट आंसर, निरुपमा राव ने खंडित हिमालय नाम की बुक लिखी है। इस विच तुहानू एक बुक का नाम याद रखना होगा तो दूसरा एक राइटर का, ठीक है, ये इंपॉर्टेंट है। हरेक बुक का नाम तुसी याद रखना तो वो राइटर का नाम भी याद रखना। ये बारे पेपर के एक क्वेश्चन आता वा तो एक क्वेश्चन है जो बैंक के नाल रिलेटिड आता, एक बुक के नाल रिलेटिड आता वा। मैं बार बार कह रही हूँ कि इन्हों याद रखना, एक अवार्ड के नाल रिलेटिड आता वा, ठीक है। हरेक क्वेश्चन तुसी याद रखने हैं तो बाकी राज के नाल रिलेटिड कोई ना कोई क्वेश्चन आ ही जाना वा, दो आएंगे वो। क्वेश्चन, हाल ही विच रतन चक्रवर्ती नूं किस राज दी विधानसभा का नवा स्पीकर चुनिया गया है? ऑप्शन नंबर सी इज़ द राइट आंसर, त्रिपुरा। हाँ जी, त्रिपुरा राज दे विच रतन चक्रवर्ती नूं नवा स्पीकर चुनिया गया है विधानसभा का। हुण गल कर रहे हैं त्रिपुरा की, इहदी कैपिटल हैगी है अगरतला, चीफ मिनिस्टर हैगे आ जी बिप्लब कुमार देव। तो बिप्लब कुमार देव ने रीसेंटली त्रिपुरा दे विच अगर नीति घोषित की सी। हाँ जी, अगर नीति ये की आ, अगर दे दरख्त लगाए जाएंगे फिर उन्होंने लकड़ा नू बेचा जाएगा। तो इतों के गवर्नर है सत्यादेव नारायण, ये तुसी याद रखना। नैक्सट क्वेश्चन, किसने लिखी है जी किताब लंबी खेड जिमें चीनी भारत नाल गलबात करते ने? हाँ जी, इस किताब नू किसने लिखा है? ऑप्शन नंबर बी इज़ द राइट आंसर, विजय गोखले ने बुक लिखी है लंबी खेड, ठीक है। ये है कि है किमें चीनी भारत नाल गलबात करते हैं। नैक्सट क्वेश्चन, हाल ही विच HPCL ने भुगताना लई किस बैंक नाल भाईवाली की है? ऑप्शन नंबर सी इज़ द राइट आंसर, ICICI बैंक। HPCL जानी के हिंदुस्तान पेट्रोलियम कॉरपोरेशन लिमिटेड ने भुगतान लई ICICI बैंक के नाल भाईवाली की है। हुण देखो HPCL, पहला असीं इहदे बारे गल कर लैंदे आ, इहदा मतलब की है हिंदुस्तान पेट्रोलियम कॉरपोरेशन लिमिटेड। इहदी स्थापना हुई सी जी 1974 दे विच, ते इहदा हैडक्वार्टर आ मुंबई दे विच। एट प्रेजेंट ये CEO कौन ने? मुकेश कुमार सुराबा। हाँ जी, फिर हुण असीं गल कर रहे सी ICICI दी बैंक दी, तो ये फुल फॉर्म की आ, इंडस्ट्रियल क्रैडिट इन इनवेस्टियल कॉरपोरेशन ऑफ इंडिया। यदि स्थापना हुई सी 1994 दे, हैडक्वार्टर हैगा बड़ौदरा दे विच। ते एट प्रेजेंट ये CEO कौन ने? संदीप बख्शी। तो चेयरमैन कौन ने? गिरीश चंद्र चतुर्वेदी। नैक्सट क्वेश्चन, भारतीय फौज कित्थे विजुआ संस्कृत महाउत्सव का आयोजन करेगी? हाँ जी, देखो सेना दे नाल रिलेटेड क्वेश्चन आ जिहड़ा करंट अफेयर दे विच्चों पंजाब पुलिस दे पेपर दे विच भी आया सी। इस करके जिहड़ा भी तुहानू डिफेंस एक्सरसाइज वाले क्वेश्चन हुंदे आ उहनां नू ध्यान दे नाल पढ़िया करो ते याद भी रख्या करो। हाँ जी, हुण इस क्वेश्चन दा आंसर आ मेरे कोल ऑप्शन नंबर बी इज़ द राइट आंसर, कोलकाता। भारतीय फौज कोलकाता विजोया संस्कृत महाउत्सव का आयोजन करेगी कोलकाता दे विच, ठीक है, ये तुसी याद रखना। नैक्सट क्वेश्चन, हाल ही विच भारत ने छोटे उपग्रहों के सांझे विकास के लिए किस देश लई एक समझौते ते हस्ताक्षर किए आ? ऑप्शन नंबर सी इज़ द राइट आंसर, भूटान। हाँ जी, भारत ने छोटे उपग्रहों के सांझे विकास के लिए भूटान के नाल समझौते दे उपर साइन किए हैं, ठीक है, तुसी याद रखना। नैक्सट क्वेश्चन, हाल ही विच जारी किए डिजिटल गुणवत्ता जीवन सूचकांक विच सब तो उपर कौन है? ऑप्शन नंबर सी इज़ द राइट आंसर, डेनमार्क। हाँ जी, जिहड़ा डिजिटल गुणवत्ता जीवन इंडैक्स आ इह जारी किया गया सीगा, इंडैक्स दे विच डेनमार्क टॉप ते आ, साउथ कोरिया सैकेंड ते आ, फिनलैंड थर्ड ते आ, ते साडा देश भारत ए जी हैगा वा 59th, यानी कि 59वें स्थान ते आ लिस्ट दे विच, ठीक है, ये तुसी याद रखना। हुण देखो ये जिहड़ा इंडैक्स सीगा इहनू इंग्लिश दे विच कहिंदे आ डिजिटल क्वालिटी ऑफ लाइफ इंडैक्स, डिजिटल क्वालिटी ऑफ लाइफ इंडैक्स। मैं हर एक इंग्लिश दे विच नाम दस्या करूँगी जिथे नीड होगी, क्योंकि तुहानू जिहड़ा SSC दा पेपर आ उह हिंदी ते इंग्लिश दे विच ही आना वा, ठीक है जी, इस करके ध्यान रखना।
ਅਤੇ ਕੁਐਸਚਨ ਧਿਆਨ ਦੇ ਨਾਲ ਸੁਣਨਾ। ਅੱਗੇ ਦੇਖਦੇ ਹਾਂ ਨੈਕਸਟ ਕੁਐਸਚਨ। ਹਾਲ ਹੀ ਵਿੱਚ ਪਹਿਲੀ ਕੌਮੀ ਸਹਿਕਾਰਤੀ ਕਾਨਫਰੰਸ ਕਿੱਥੇ ਹੋਈ ਹੈ? ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ, ਨਿਊ ਦਿੱਲੀ। ਹਾਂਜੀ, ਨਵੀਂ ਦਿੱਲੀ ਦੇ ਵਿੱਚ ਪਹਿਲੀ ਕੌਮੀ ਸਹਿਕਾਰਤੀ ਕਾਨਫਰੰਸ ਹੋਈ ਆ। ਨਵੀਂ ਦਿੱਲੀ ਦੇ ਇੰਦਰਾ ਗਾਂਧੀ ਇਨਡੋਰੀ ਸਟੇਡੀਅਮ ਦੇ ਵਿੱਚ ਪਹਿਲਾ ਰਾਸ਼ਟਰੀ ਸਹਿਕਾਰਤਾ ਸੰਮੇਲਨ ਹੋਇਆ ਅਤੇ ਇਸ ਨੂੰ ਸੰਬੋਧਿਤ ਕੀਤਾ ਸੀਗਾ ਜੀ ਸਾਡੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ। ਐਟ ਪ੍ਰੈਜੈਂਟ ਅਮਿਤ ਸ਼ਾਹ ਇੱਕ ਸਹਿਕਾਰਤਾ ਮੰਤਰੀ ਆ ਅਤੇ ਸਾਡੇ ਗ੍ਰਹਿ ਮੰਤਰੀ ਵੀ ਆ, ਇਹ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ ਕਰਦੇ ਹਾਂ ਜੀ ਅਸੀਂ। ਇੰਡੀਅਨ ਕੋਸਟ ਗਾਰਡ ਦੇ ਵਧੀਕ ਡਾਇਰੈਕਟਰ ਜਨਰਲ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ? ਆਪਸ਼ਨ ਨੰਬਰ ਬੀ ਸੀ ਇਜ਼ ਦਾ ਰਾਈਟ ਆਂਸਰ, ਵਰਿੰਦਰ ਸਿੰਘ ਪਠਾਨੀਆ। ਹਾਂਜੀ, ਵਰਿੰਦਰ ਸਿੰਘ ਪਠਾਨੀਆ ਨੂੰ ਇੰਡੀਅਨ ਕੋਸਟ ਗਾਰਡ ਦੇ ਵਧੀਕ ਡਾਇਰੈਕਟਰ ਜਨਰਲ ਵਜੋਂ ਅਪੁਆਇੰਟ ਕੀਤਾ ਗਿਆ ਹੈ, ਇਹ ਤੁਸੀਂ ਯਾਦ ਰੱਖਣਾ। ਹਾਂਜੀ, ਹੁਣ ਦੇਖੋ ਅਸੀਂ ਗੱਲ ਕਰ ਰਹੇ ਹਾਂ ਇੰਡੀਅਨ ਕੋਸਟ ਗਾਰਡ ਦੀ, ਅਤੇ ਇਹਦੀ ਸਥਾਪਨਾ ਹੋਈ ਸੀ 1997 ਦੇ ਵਿੱਚ। ਇਹਦਾ ਹੈੱਡਕੁਆਟਰ ਹੈਗਾ ਜੀ ਨਿਊ ਦਿੱਲੀ ਦੇ ਵਿੱਚ, ਅਤੇ ਇਹਦੇ ਡਾਇਰੈਕਟਰ ਜਨਰਲ ਕੌਣ ਨੇ? ਕ੍ਰਿਸ਼ਨਾ ਸੁਆਮੀ ਨਟਰਾਜਨ, ਇਹ ਵੀ ਤੁਸੀਂ ਯਾਦ ਰੱਖਣਾ। ਅਤੇ ਇੱਕ ਹੋਰ ਇੰਪੋਰਟੈਂਟ ਨਿਊਜ਼ ਹੈ, ਇਹਨੂੰ ਚਾਹੇ ਨੋਟ ਕਰ ਲੈਣਾ, ਰੀਸੈਂਟਲੀ ਸਾਡੇ ਨਵੇਂ ਏਅਰ ਚੀਫ ਮਾਰਸ਼ਲ ਵੀ ਘੋਸ਼ਿਤ ਕੀਤੇ ਗਏ ਆ। ਅਤੇ ਕਿਹਨੂੰ ਬਣਾਇਆ ਜਾ ਰਿਹਾ ਵਾ? ਵਿਵੇਕ ਰਾਮ ਚੌਧਰੀ ਨੂੰ। ਠੀਕ ਹੈ, ਵਿਵੇਕ ਰਾਮ ਚੌਧਰੀ ਨੂੰ ਅਪੁਆਇੰਟ ਕੀਤਾ ਗਿਆ ਵਾ ਨਵੇਂ ਏਅਰ ਚੀਫ ਮਾਰਸ਼ਲ, ਇਹ ਵੀ ਤੁਸੀਂ ਯਾਦ ਰੱਖਣਾ। ਅਤੇ ਜਿਹੜੇ ਹੁਣ ਐਟ ਪ੍ਰੈਜੈਂਟ ਸਾਡੇ ਕੌਣ ਨੇ ਏਅਰ ਚੀਫ ਮਾਰਸ਼ਲ? ਉਹ ਹੈਗੇ ਆ ਜੀ ਰਾਕੇਸ਼ ਕੁਮਾਰ ਸਿੰਘ ਭਦੌਰੀਆ। ਇਹ ਉਹ ਇਸ ਮੰਥ ਰਿਟਾਇਰ ਹੋ ਜਾਣਗੇ ਅਤੇ ਉਹਨਾਂ ਤੋਂ ਬਾਅਦ ਉਹਨਾਂ ਦੀ ਜਿਹੜੀ ਕੁਰਸੀ ਆ ਉਹ ਕਿਹਨਾਂ ਨੂੰ ਮਿਲੂਗੀ? ਏਅਰ ਚੀਫ ਮਾਰਸ਼ਲ ਦੀ ਕੁਰਸੀ ਇਹ ਕਿਹਨੂੰ ਮਿਲਣੀ ਹੈ ਜੀ? ਵਿਵੇਕ ਰਾਮ ਚੌਧਰੀ ਨੂੰ ਮਿਲਣੀ ਆ, ਇਹ ਵੀ ਤੁਸੀਂ ਯਾਦ ਰੱਖਣਾ। ਉਹਨਾਂ ਦੀ ਇਹ ਜਿਹੜੀ ਪੁਜੀਸ਼ਨ ਅਪੁਆਇੰਟ ਕੀਤੇ ਜਾਣਗੇ ਵਿਵੇਕ ਰਾਮ ਚੌਧਰੀ। ਨੈਕਸਟ ਕੁਐਸਚਨ। ਕਿੱਥੇ ਭਾਰਤ ਦਾ ਪਹਿਲਾ ਅਟਲ ਕਮਿਊਨਿਟੀ ਇਨੋਵੇਸ਼ਨ ਸੈਂਟਰ ਦਾ ਉਦਘਾਟਨ ਕੀਤਾ ਗਿਆ ਹੈ? ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ, ਜੈਪੁਰ। ਹਾਂਜੀ, ਜੈਪੁਰ ਦੇ ਵਿੱਚ ਭਾਰਤ ਦਾ ਪਹਿਲਾ ਅਟਲ ਕਮਿਊਨਿਟੀ ਇਨੋਵੇਸ਼ਨ ਸੈਂਟਰ ਦਾ ਉਦਘਾਟਨ ਕੀਤਾ ਗਿਆ ਹੈ। ਹਾਂਜੀ, ਸਰਕਾਰ ਨੇ ਨੀਤੀ ਆਯੋਗ ਦੇ ਵਿੱਚ ਅਟਲ ਇਨੋਵੇਸ਼ਨ ਮਿਸ਼ਨ ਦੀ ਸਥਾਪਨਾ ਕੀਤੀ ਸੀ। ਠੀਕ ਹੈ, ਨੀਤੀ ਆਯੋਗ ਦੇ ਵਿੱਚ ਅਟਲ ਇਨੋਵੇਸ਼ਨ ਮਿਸ਼ਨ ਦੀ ਸਥਾਪਨਾ ਕੀਤੀ ਸੀ। ਇਸੀ ਦੇ ਤਹਿਤ ਭਾਰਤ ਦੇ ਪਹਿਲੇ ਅਟਲ ਕਮਿਊਨਿਟੀ ਦਾ ਉਦਘਾਟਨ ਜੈਪੁਰ ਦੇ ਵਿੱਚ ਹੋਇਆ, ਇਹ ਤੁਸੀਂ ਯਾਦ ਰੱਖਣਾ। ਇਸ ਦੇ ਨਾਲ ਸਾਡੀ ਅੱਜ ਦੀ ਜਿਹੜੀ ਇਹ ਕਰੰਟ ਅਫੇਅਰ ਦੇ ਕੁਐਸਚਨ ਉਹ ਖਤਮ ਹੁੰਦੇ ਆ। ਅਤੇ ਹੁਣ ਕੱਲ੍ਹ ਦੀ ਕਰੰਟ ਅਫੇਅਰ ਦੇ ਵਿੱਚੋਂ ਤੁਹਾਡੇ ਲਈ ਇੱਕ ਕੁਐਸਚਨ ਜਿਸ ਦਾ ਆਂਸਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੇਣਾ ਹੋਵੇਗਾ। ਹਾਲ ਹੀ ਵਿੱਚ ਕਿਸ ਰਾਜ ਦੇ ਮੁੱਖ ਮੰਤਰੀ ਨੇ ਅਗਰਨੀਤੀ 2021 ਦਾ ਪਰਦਾ ਫਾਸ਼ ਕੀਤਾ ਹੈ? ਅਗਰਨੀਤੀ, ਇਹਦੇ ਬਾਰੇ ਅਸੀਂ ਅੱਜ ਵੀ ਗੱਲ ਕਰ ਚੁੱਕੇ ਹਾਂ, ਜਿਹਨੇ ਵੀਡੀਓ ਧਿਆਨ ਨਾਲ ਦੇਖੀ ਹੋਊਗੀ ਉਹ ਤਾਂ ਆਪਣੇ ਆਪ ਹੀ ਆਂਸਰ ਦੇ ਦੇਣਗੇ। ਹਾਂਜੀ, ਇਸ ਦੇ ਨਾਲ ਹੀ ਅੱਜ ਦੀ ਸਾਡੀ ਇਹ ਵੀਡੀਓ ਖਤਮ ਹੁੰਦੀ ਹੈ। ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਲਾਈਕ, ਸ਼ੇਅਰ ਅਤੇ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ। ਧੰਨਵਾਦ ਜੀ।